ਤਸਵੀਰ ਜਿੱਥੋਂ ਵਾਲੀਵਾਲ ਦੀ ਸ਼ੁਰੂਆਤ ਹੋਈ ਹੈ ਨਿਊਯਾਰਕ ਤੋਂ ਵਾਲੀਵਾਲ ਚੱਲੀ ਹੈ ਕਿਸੇ ਨੇ ਸੋਚਿਆ ਨਹੀਂ ਹੋਣਾ ਕਿ ਧਰਤੀ ਕਿਤੇ ਬਜੀਦਪੁਰ ਦੇ ਰੌਣਕਾਂ ਲੱਗਣਗੀਆਂ ਪਰ ਸਮਾਂ ਕਹਿੰਦੇ ਬੜੀ ਵੱਡੀ ਚੀਜ਼ ਹੈ ਕਿ ਬੰਦੇ ਦਾ ਇੱਕ ਪਿਆਰ ਹੀ ਚੇਤੇ ਰਹਿ ਜਾਂਦਾ ਹੋਰ ਭਲਾ ਕੀ ਦੁਨੀਆ ਤੋਂ ਕੋਈ ਲੈ ਜਾਂਦਾ ਬਾਹਰ ਕਫਨ ਤੋਂ ਖਾਲੀ ਹੱਥ ਸਿਕੰਦਰ ਦੇ ਜਾ ਸਕਦਾ ਕੁਝ ਨਾਲ ਤਾਂ ਸੱਚੀ ਲੈ ਜਾਂਦਾ ਤੁਰਿਆ ਫਿਰਦਾ ਇਹ ਵੀ ਕਿਸੇ ਦੀ ਤਾਕਤ ਹੈ ਜਿੰਨੇ ਝੱਖੜ ਝੁੱਲੇ ਕਦ ਦਾ ਢਹਿ ਜਾਂਦਾ ਤੁਸੀਂ ਦਿਲ ਵਿੱਚ ਬਹਿਣ ਲਈ ਕਿਸੇ ਨੂੰ ਬਸ ਜਗ੍ਹਾ ਦਿਓ ਹੌਲੀ ਹੌਲੀ ਉਹ ਥੋਡੀਆਂ ਜੜ੍ਹਾਂ 'ਚ ਬਹਿ ਜਾਂਦਾ ਤੇ ਦੇਬੀ ਨੁਕਸ ਤਾਂ ਤੇਰੇ ਵਿੱਚ ਵੀ ਹੋਵਣਗੇ ਐਵੇਂ ਨਹੀਂ ਕੋਈ ਕਿਸੇ ਦੇ ਮੂੰਹੋਂ ਲੈ ਜਾਂਦਾ ਬੰਦੇ ਦਾ ਇੱਕ ਪਿਆਰ ਹੀ ਚੇਤੇ ਰਹਿ ਜਾਂਦਾ ਮਣੀ ਸਾਡਾ ਵੀਰ ਦੱਸੂਗਾ ਕਿ ਨੰਬਰ ਇੱਕ ਨੰਬਰ ਹੈ ਪਨਿਹਾਰੀ ਦਾ ਤੇ ਤਿੰਨ ਨੰਬਰ ਜਿਹੜੇ ਖੜ ਜਾਓ ਬਾਈ ਗੱਲ ਕਰਦੇ ਸੀ ਸਲਾਹ ਕਰਦੇ ਸੀ ਇੱਕ ਤੇ ਤਿੰਨ ਦਾ ਮੁਕਾਬਲਾ ਇੱਕ ਨੰਬਰ ਹੈ ਪਨਿਹਾਰੀ ਦਾ ਤੇ ਤਿੰਨ ਨੰਬਰ ਫਰੋਸ਼ਾ ਦੀ ਬੀ ਟੀਮ ਦੇ ਹੈ ਇਹ ਵੀ ਜ਼ਰੂਰੀ ਹੈ ਪਲੇਅਰ ਵਾਰਤਾਲਾਪ ਕੋਈ ਕਰਦੇ ਆ ਗੱਲਾਂ ਬਾਤਾਂ ਹੈ ਲਓ ਕੰਪਿਊਟਰ 'ਚ ਮੈਨੂੰ ਲੱਗਦਾ ਥੋੜਾ ਵਾਇਰਸ ਆਇਆ ਬਾਲ ਜਿਹੜੀ ਆਊਟ ਹੈ ਫੜ ਤਿਆਰੀ ਸੱਤਿਆ ਤਿੰਨ ਨੰਬਰ ਹੈ ਕਹਿੰਦੇ ਫਰੋਸ਼ਾ ਦੇ ਫਿਰੋਜ਼ਪੁਰ ਵਾਲਿਆਂ ਦੇ ਇੱਕ ਪੁਆਇੰਟ ਹੈ ਪਨਿਹਾਰੀ ਦਾ ਮੁੰਡੇ ਸਰਸੇ ਤੋਂ ਚੱਲ ਕੇ ਆਏ ਹੈ ਹਰਿਆਣੇ ਸਟੇਟ ਦੀਆਂ ਗੱਲਾਂ ਹੈ ਲਓ ਗੌਰਵ ਕਹਿੰਦੇ ਗਲਤੀ ਕਰ ਬੈਠਾ ਮੇਰੀ ਬੇਨਤੀ ਆਪਾਂ ਥੋੜੀਆਂ ਥੋੜੀਆਂ ਕੁਰਸੀਆਂ ਪਿੱਛੇ ਕਰ ਲਈਏ ਬੜੀ ਮਿਹਰਬਾਨੀ ਹੋਵੇਗੀ ਕਈ ਵਾਰੀ ਪਲੇਅਰ ਡਿੱਗ ਪੈਂਦਾ ਸੱਟ ਫਿੱਟ ਵੱਜਣ ਦਾ ਖਤਰਾ ਹੈ ਥੋੜੀ ਥੋੜੀ ਕੁਰਸੀਆਂ ਬਹੁਤ ਵੱਡਾ ਧੰਨਵਾਦ ਹੈ ਸਾਡੇ ਵੀਰਾਂ ਦਾ ਲਓ ਸਰਵਿਸ ਇੱਕ ਵਾਰ ਫਿਰ ਤੋਂ ਜਿਹੜੀ ਚੇਂਜ ਹੈ ਕਿ ਕਿਸੇ ਪੁੱਤ ਦੀ ਕਮਾਈ ਹੁੰਦੀ ਮਾਵਾਂ ਦੀ ਉਮੀਦ ਯਾਰ ਉਹ ਕਿਸੇ ਹੀ ਨੇ ਭੇਜਣੀ ਜ਼ਰੂਰ ਚਾਹੀਦੀ ਗੀਤ ਹੋਰ ਵੀ ਨੇ ਪੜੇ ਉਹ ਗੱਲ ਸੁਣ ਸਰਤਾਜ ਚੀਜ਼ ਏਦਾਂ ਦੀ ਵੀ ਬੋਲਣੀ ਜ਼ਰੂਰ ਚਾਹੀਦੀ ਉਹ ਕਿਸੇ ਬਾਪੂ ਜੀ ਦਾ ਲਾਡਲਾ ਖਵਾਬ ਲੈ ਕੇ ਆਇਆ ਐਵੇਂ ਚੰਗੇ ਭਲੇ ਬੰਦੇ ਨੂੰ ਵਿਗਾੜਦੇ ਨਹੀਂ ਹੁੰਦੇ ਤੇ ਜਿੰਨਾ ਜ਼ਿੰਦਗੀ ਚ ਮਿਹਨਤਾਂ ਦੀ ਕੀਤੀ ਹੈ ਕਮਾਈ ਉਹ ਟੋਕਰਾ ਚੁਕਾ ਕੇ ਝੱਗਾ ਝਾੜਦੇ ਨਹੀਂ ਹੁੰਦੇ ਜਿੰਨਾ ਜ਼ਿੰਦਗੀ ਚ ਮਿਹਨਤਾਂ ਦੀ ਕੀਤੀ ਹੈ ਕਮਾਈ ਉਹ ਟੋਕਰਾ ਚੁਕਾ ਕੇ ਝੱਗਾ ਝਾੜਦੇ ਨਹੀਂ ਹੁੰਦੇ ਐਣ ਕਹਿੰਦੇ ਗੱਲਾਂ ਚੱਲਦੀਆਂ ਲਓ ਦੇਖੋ ਸਾਹਮਣੇ ਕਿਤੇ ਡਾਕਟਰ ਸਰਤਾਜ ਦੀਆਂ ਗੱਲਾਂ ਪਰ ਅੱਜ ਸਾਡੇ ਯਾਰ ਡਾਕਟਰ ਰਮਨ ਦੇ ਪਿੰਡ ਕਹਿੰਦੇ ਵੱਡੀਆਂ ਰੌਣਕਾਂ ਹੈ ਫਾਈਨਲ ਮੈਚ ਖੇਡਿਆ ਜਾ ਰਿਹਾ ਹੈ ਪੰਜਾਬ ਹਰਿਆਣੇ ਦੀ ਟੱਕਰ ਹੈ ਜਿੰਨੀ ਵੀ ਸੰਗਤ ਹੈ ਮੇਰੇ ਲਈ ਰੱਬ ਦਾ ਰੂਪ ਹੈ ਸਾਰੇ ਰੱਬ ਰੂਪੀ ਸਰੋਤਿਆਂ ਦਾ ਵੱਡਾ ਧੰਨਵਾਦ ਹੈ ਜਿੰਨਾ ਕਰਕੇ ਖਿਡਾਰੀ ਸਟਾਰ ਉਹ ਵੀ ਦਿਨ ਭੁੱਲੀਏ ਨਾ ਜਦੋਂ ਸਾਈਕਲ ਸੀ ਥੱਲੇ ਹੋਇਆ ਕੀ ਜੇ ਬਾਬੇ ਨੇ ਕਰਾਤੀ ਬੱਲੇ ਬੱਲੇ ਰੱਜੇ ਹੋਈਏ ਆਪ ਉਹ ਭੁੱਖਾ ਲੱਗੇ ਹਰ ਕੋਈ ਇੰਨੇ ਅਸਮਾਨੀ ਹੱਥ ਲੱਗਣੇ ਨਹੀਂ ਚਾਹੀਦੇ ਤੇ ਦੋ ਚੀਜ਼ਾਂ ਬੰਦੇ ਨੂੰ ਨੇ ਮਾਰ ਦਿੰਦੀਆਂ ਪੈਰ ਤੇ ਅਸੂਲ ਕਦੇ ਛੱਡਣੇ ਨਹੀਂ ਚਾਹੀਦੇ ਦੋ ਚੀਜ਼ਾਂ ਬੰਦੇ ਨੂੰ ਨੇ ਮਾਰ ਦਿੰਦੀਆਂ ਬਣੀ ਨੰਬਰ ਦੋ ਨੰਬਰ ਹੈ ਪਨਿਹਾਰੀ ਦੇ ਤੇ ਤਿੰਨ ਨੰਬਰ ਹੈ ਫਰੋਸ਼ਾ ਦੀ ਬੀ ਟੀਮ ਦੇ ਤਿੰਨ ਤੇ ਦੋ ਤੂੰ ਬਚ ਜੀ ਬਾਈ ਸਾਰਾ ਮੂੰਹ ਸਿਰਫ ਲੇਟੀ ਬੈਠਾ ਬਸ ਦੋ ਅੱਖਾਂ ਹੀ ਛੱਡੀਆਂ ਕਿ ਮੈਚ ਦੇਖਣਾ ਹੈ ਭੈਣ ਕਹਿੰਦੇ ਮੁੰਡਾ ਬੈਠਾ ਸਾਡਾ ਵੀਰ ਧੰਨਵਾਦ ਹੈ ਇਸ ਵੀਰ ਦਾ ਉਹ ਮੁੰਡਾ ਫਤਿਹਗੜ੍ਹ ਵਾਲਾ ਖੇਡਦੇ ਮੈਦਾਨ ਦੇ ਵਿੱਚ ਪਰ ਪ੍ਰਿੰਸ ਨੇ ਸਿਰ ਮਾਰਦਾ ਜਿਵੇਂ ਆਈ ਸੀ ਜੋ ਬਾਹਰ ਆ ਕੇ ਡਾਕਟਰ ਸਿਰ ਮਾਰਦਾ ਕਿ ਲੈ ਜਾਓ ਇਹ ਤਾਂ ਥੋੜਾ ਹੀ ਹੈ ਸਾਡੇ ਕੰਮ ਨਹੀਂ ਆਇਆ ਮੈਚ ਕਹਿੰਦੇ ਤਗੜਾ ਮੇਰੇ ਮਿੱਤਰੋ ਜ਼ੋਰ ਬੜਾ ਲੱਗਣਾ ਬੜਾਓ ਖਾਲੀ 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 ਓਏ ਇਹਨੇ ਆਪੇ ਹੀ ਮੰਨ ਜਾਣਾ ਕਹਿਣ ਦੀ ਲੋੜ ਨਹੀਂ ਇਮਾਨਦਾਰ ਹੈ ਮੁੰਡਾ ਗੁਰੂ ਦਾ ਖਾਲਸਾ ਹੈ ਸਿੱਖੀ ਕੈਮ ਹੈ ਦਸਵੇਂ ਪਾਤਸ਼ਾਹ ਦੀ ਬਖਸ਼ੀ ਦਾਤ ਹੈ ਲਓ ਦੇਖੋ ਸਾਹਮਣੇ ਮੁੰਡਾ ਸਿੱਖ ਸਰਦਾਰ ਗੱਭਰੂ ਇਮਾਨਦਾਰੀ ਕਹਿੰਦੇ ਵੱਡੀ ਚੀਜ਼ ਹੈ
ਇਮਾਨਦਾਰੀ ਇੱਕ ਵੱਡੀ ਚੀਜ਼ ਹੈ। ਪਰ ਦੇਖੋ ਸਾਹਮਣੇ ਕੰਪਿਊਟਰ ਰਾਮਚੰਦਰ ਰਾਮੇ ਸਰਪੰਚ ਦੇ ਬੇਟੇ ਨੇ ਸਰਵਿਸ ਕਰ ਦਿੱਤੀ ਹੈ, ਪਿਤਾ ਨੇ ਪਿੰਡ ਦੀ ਸਰਪੰਚੀ ਕੀਤੀ ਹੈ, ਇਹਨੇ ਕਹਿੰਦੇ ਗਰਾਊਂਡਾਂ 'ਚ ਨੰਬਰਦਾਰੀ ਕੀਤੀ ਹੈ। ਬੜੀ ਚੜ੍ਹਾਈ ਹੈ ਮੁੰਡੇ ਦੀ, ਅੱਜ ਕੱਲ੍ਹ ਪੰਜਾਬ ਦੇ ਵੱਡੇ ਕੱਪਾਂ ਦਾ ਬੈਸਟ ਹੈ, ਪਰ ਲੱਭੇ ਦੇ ਪੈਰਾਂ ਥੱਲੇ ਅੱਗ ਮੱਚਦੀ ਹੈ। ਤੂਫਾਨ ਓਏ ਤੈਨੂੰ ਦੂਰੋਂ ਸੱਦਿਆ ਕਿਸੇ ਗੱਲ ਕਰਕੇ ਕਿ ਯਾਰੀ ਵਿੱਚ ਨਫੇ ਨੁਕਸਾਨ ਨਹੀਂ ਉਹ ਦੇਖੀ ਦੇ, ਉਹ ਮੰਜ਼ਲਾਂ ਦੇ ਸਾਹਮਣੇ ਤੂਫਾਨ ਨਹੀਂ ਉਹ ਦੇਖੀ ਦੇ, ਯਾਰਾਂ ਦੇ ਗੁਨਾਹਾਂ ਦਾ ਹਿਸਾਬ ਨਹੀਂ ਉਹ ਜੋੜੀ ਦਾ, ਆਪਣੇ ਪਿਆਰਿਆਂ ਦਾ ਦਿਲ ਨਹੀਂ ਉਹ ਤੋੜੀ ਦਾ, ਆਪਣੇ ਪਿਆਰਿਆਂ ਦਾ ਦਿਲ ਨਹੀਂ ਉਹ ਤੋੜੀ ਦਾ। ਉਹ ਦੇਖੋ ਫਾਉਲ ਦਾ ਇਸ਼ਾਰਾ ਪ੍ਰਿੰਸ ਨੇ ਕਰ ਦਿੱਤਾ ਹੈ। ਨੰਬਰ ਮਣੀ ਤਿੰਨ ਤਿੰਨ ਨੰਬਰ ਹੈ ਦੋਵਾਂ ਟੀਮਾਂ ਦੇ, ਮੈਚ ਬਰਾਬਰੀ ਦੇ ਹੈ। ਇੱਧਰ ਸਹਾਰ ਨਮਾਜਰੇ ਵਾਲੇ ਨੇ ਵੀ ਹੌਲੀ ਹੌਲੀ ਸਮਾਨ ਇਕੱਠਾ ਜਿਹੜਾ ਸ਼ੁਰੂ ਕਰ ਦਿੱਤਾ ਹੈ। ਕੱਲ ਨੂੰ ਢਿੱਲ ਆਉਣਗੇ ਤੇ ਫਿਰ 11 ਨੂੰ ਹੰਬੜਾਂ, 12 ਨੂੰ ਕੁੱਪ, 13 ਨੂੰ ਥੰਬਣ ਵਾਲਾ, ਜ਼ਿਲ੍ਹੇ ਮੋਗੇ 'ਚ ਗੱਲਾਂ ਚੱਲਣਗੀਆਂ। ਉਹ ਦੇਖੋ ਸਾਹਮਣੇ, ਇਹਨੂੰ ਦੁਨੀਆ ਕੰਪਿਊਟਰ ਕਿਸੇ ਗੱਲ ਕਰਕੇ ਕਹਿੰਦੀ ਹੈ, ਇਹਨੂੰ ਦੁਨੀਆ ਕੰਪਿਊਟਰ ਕਹਿੰਦੀ ਹੈ ਕਿਸੇ ਗੱਲ ਕਰਕੇ। ਨੰਬਰ ਬਣੀ 19 ਹੈ, ਪਾਗੜੀ ਭੱਜ ਕੇ ਗਿਆ ਗੱਡੀ ਵੱਲ ਨੂੰ, ਕੁਛ ਨਾ ਕੁਛ ਹੋਏ ਤੇ ਹੋਣਾ ਹੀ। ਨੰਬਰ ਬਰਾਬਰ ਹੈ, ਆ ਜਾਊਗਾ, ਕੋਈ ਗੱਲ ਨੀ, ਟਾਈਮ ਆਊਟ ਹੈ, ਕੋਈ ਗੱਲ ਕੋਈ। ਟੇਪ ਲੈਣ ਗਿਆ, ਟੇਪ ਲੈਣ, ਡਾਕਟਰ ਟੇਪ ਹੈਗੀ ਆਪਣੇ ਕੋਲੇ, ਟੇਪ ਲੈਣ ਗਿਆ। ਕੌਣ ਕਰ ਲਾਵੇ ਬਿਨਾ ਕੁਝ ਯਾਰ, ਭਰਾ ਬਣੇ ਉਹ ਖੜਾ ਸਾਹਮਣੇ ਕਹਿਤਾ ਜੀ। ਇੱਧਰ ਵਿਸ਼ਾਲ ਮੁਰਲੀ ਸਾਡਾ ਵੀਰ, ਮੋਰ ਪੰਖੀ ਕਲੱਬ ਵਾਲੇ ਵੀਰ ਵੀ ਐਨ ਟਿਕਟਿੰਗ ਲਾਈ ਬੈਠੇ ਹੈ। ਲਓ ਇੱਧਰ ਦੇਖੋ ਸਾਹਮਣੇ, ਖੜਪੈ ਖੜਪੈ ਦੀਆਂ ਆਵਾਜ਼ਾਂ ਆਉਂਦੀਆਂ ਹੈ। ਇੱਧਰ ਮੋਗੇ ਵਾਲਿਆ, ਹਰ ਦਿਨ ਬੁੱਧਵਾਰ ਨਹੀਂ, ਸੂਰਜ ਦਾ ਟੁਕੜਾ ਨਾ ਗਿਰਦਾ ਤੇ ਇੱਥੇ ਧਰਤੀ ਨਾ ਹੁੰਦੀ। ਸਾਡੇ ਬਜ਼ੁਰਗਾਂ ਨੇ ਅਕਲ ਜੇ ਵਰਤੀ ਨਾ ਹੁੰਦੀ ਤਾਂ ਜ਼ਿੰਦਗੀ ਕੈਸੀ ਹੋਣੀ ਸੀ, ਉਹ ਪਸ਼ੂਆਂ ਦੇ ਜੈਸੀ ਹੋਣੀ ਸੀ। ਨਾਨਕ ਹੈ ਵੀ ਹੋਸੀ ਤਾਂ ਸ਼ਾਇਦ ਹੋਣੀ ਹੀ ਨਹੀਂ ਸੀ, ਪੱਥਰ ਨਾਲ ਪੱਥਰ ਟਕਰਾ ਕੇ। ਜੇ ਅੱਗ ਦੀ ਖੋਜ ਨਾ ਹੁੰਦੀ ਤਾਂ ਸਾਡੇ ਘਰਾਂ 'ਚ ਹੁਣ ਪੱਕਦੀ
रोटी हर रोज ना होंदी ओ किड्डी शर्मिंदगी होनी सी आपा सह किद्दां सकनी सी मनुख जे कपड़ा ही ना पुणदा ते इज्जत किद्दां ढकनी सी कौन स्कूले जांदा जेकर उत्थे ज्ञान ना हुंदा जे शेरो शायरी ना हुंदी तां इश्क बयान ना हुंदा फलां नूं कौन मूल आउंदा जे कच्चे रहिंदे पकदे ना हुसन दा की रुतबा हुंदा भाई जेकर आशक तक देना की कहना भाई ना ओ ना भरावा शालू है ए मैच मुझे रब का ना लै तू छूगा इन्हें मेहनत की है इन्हें मेहनत की है कोई नहीं प्यार ना प्यार ओ आजा गौरव अनमोल कमाल यार दस ਉਹ ਮੈਚ ਉੱਥੇ ਸਾਂਝੇ ਹੁੰਦੇ ਆ ਭਰਾਵਾ ਜਿੱਥੇ ਕਮੇਟੀ ਖਰਾਬ ਕਰੇ ਇਹਦਾ ਕਮੇਟੀ ਰੱਬ ਦਾ ਰੂਪ ਹੈ ਇੱਥੇ ਕੌਣ ਮੈਚ ਸਾਂਝਾ ਕਰੂਗਾ ਤੇ ਜਿਹੜਾ ਸਾਂਝਾ ਕਰੂਗਾ ਉਹ ਭਰੂਗਾ ਧਰਤੀ ਦਾ ਵੇਖ ਲੈ ਕਿਹੜੀ ਹੈ ਇੱਥੇ ਕਹਿਣ ਦੀ ਲੋੜ ਹੀ ਨਹੀਂ ਇਹ ਮੈਚ ਦੀ ਤਾਂ ਮੈਂ ਸੌਂ ਖਾ ਜੂ ਇਹ ਨਹੀਂ ਸਾਂਝਾ ਹੁੰਦਾ ਬਾਕੀ ਦੇ ਮੈਂ ਜ਼ਿੰਮੇਵਾਰੀ ਨਹੀਂ ਚੱਕਦਾ हरियाणे दे पंजाब दा पनिहारी दे फरोशा खंजर वाले मैच नहीं कदे सांझे हुंदे ये गल पक्की है कोई गल नहीं इन्नी को मशहूरी भी जरूरी है मेले का पता नहीं लगता लो फाइनल मैच है हुणे पता लगू तेनू बल्ले 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 कंप्यूटर हरखिया फिरदा फतेहगढ़ वाला फतेहगढ़ वाले ओ दुनिया गल्लां करदी है बोले नूं शक पै गया शक हुण दूर करना पैना है मुंडे नूं शक पै गया ये टक्कर पंजाब ते हरियाणे दी धरती गुरुआं दी है इत्थे जे कोई करूगा ते भरूगा उत्थे सांझा होण दे चांस हुंदे है जिथे कमेटी खराब करे जां मौसम खराब करे ये धरती गुरुआं दी कमेटी रब दा रूप है लो देखो सामने तूफान खेड दे मैदान दे विच मैच कहते तगड़ा फाइनल है मणि दसू वजीरपुरी आके नंबर किने किने मणि छे नंबर है फरोशा दी बी टीम दे चार नंबर है पनिहारी दे छे दे चार दा मुकाबला है इधर देखो सामने मुंडा लवदीप सिंह गिल परिवार दा वारस है ओ तगड़ा ओ बागड़ी एंड गल्लां चलदियां के गुरी कालिए वाले च अन्ना जोर ते सनखा राजपाल नखरो सब खेडां दा क्रेज फिक्का पै जूगा देखे जे वाली बाल नखरो किंग ते नहीं बाल बूल लगदी अटैकर तां सारे हंब गए मैच कर दिंदा कल्ला एक पासे जे पंडोरी वाला बंब चल दे पर सबना ते भारी फिर पैंदी है शालू दी चली चाल ना करो खेडा दा क्रेज फिक्का पै जूगा देखे जे वाली बाल ना करो सत ते चार दा मुकाबला है एक रीझ दा पगाई जांदी बोलने तो पहला एक रीझा भरी अखियां ना दूरों तकदा वाकई कहिंदे गल्लां लो एक पासे पिंदर है दूजे पासे पिंदरी है फर्क कोई बाला नहीं राशि कोई है पर गल्लां किस्मत दियां है राशि ते राम ते रावण दी भी कहिंदे इक ही सीगी बल्ले 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 फतेहगढ़ वालिया फर तैयारी इधर जिहड़ा मुंडा बलाड मेमे वाला पिंदरी है ये अंग्रेजी कहानियां बड़ियां पढ़दा है अंग्रेजी गाने बड़े सुनदा है पर कंप्यूटर ते कंप्यूटर ही है जिन्हें हुण नंबर दा वाधा अपनी टीम दे लई कर दिता है जिन्हें एक होर नंबर दा वाधा अपनी टीम दे लई कर दिता है फाइनल मैच किहड़ियां टीमां दियां जेतू ट्राफियां नाल फोटोआं पैणगियां इतिहासिक धरती ते कौन इतिहास रचेगा ये ते गल्लां समें दियां होणगियां ये आ राजपाल बागड़ी छोटी उम्र दा तगड़ा प्लेयर है लो देखो सामने मोगे वालिया गल कोई बनी नहीं मोगे वालिया दुनिया नूं पता नहीं लगा कि मोगे वाला कौन है बबलू दुनिया नूं पता नहीं लगा बाल आउट सत ते मणि हौली जिहा बोलदा मणि नूं चाह नहीं पीली लगदा
7-5 ਦਾ ਮੁਕਾਬਲਾ ਜਾਂ ਫਿਰ ਮਣੀ ਦਾ ਜੀ ਨਹੀਂ ਕਰਦਾ ਸਕੋਰੀ ਕਰਨ ਨੂੰ। ਉਹ ਕੌਣ ਕੌਣ ਦਿੰਦਾ ਸਾਡੇ ਹੱਕ ਚ ਗਵਾਹੀ, ਕੌਣ ਕੌਣ ਚਾਹੁੰਦਾ ਸਾਡੀ ਵੇਖਣੀ ਤਬਾਹੀ, ਕਿਹਨੇ ਕਰਨਾ ਏ ਪਿੱਠ ਪਿੱਛੇ ਵਾਰ, ਮਿੱਤਰਾਂ ਨੂੰ ਸਭ ਖਬਰਾਂ, ਕਿੰਨੇ ਦੁਸ਼ਮਣ ਕਿੰਨੇ ਸਾਡੇ ਯਾਰ, ਮਿੱਤਰਾਂ ਨੂੰ ਸਭ ਖਬਰਾਂ ਕਿੰਨੇ ਦੁਸ਼ਮਣ ਕਿੰਨੇ ਸਾਡੇ ਯਾਰ। ਉਹ ਦੇਖੋ ਸਾਹਮਣੇ ਪੈਰਾਂ ਥੱਲੇ ਕਹਿੰਦੇ ਇਹਦੇ ਵੀ ਆਗੀ ਆ ਤੇ ਬਾਲ ਬਾਲ ਮੇਰੇ ਹਿਸਾਬ ਨਾਲ ਆਊਟ ਹੈ। ਸੱਤਾ ਚ ਫੌਜੀ ਦਾ ਬਿਸਤਰਾ ਗੋਲ ਕਰਨ ਨੂੰ ਫਿਰਦਾ, ਪਣਿਹਾਰੀ ਵਾਲਿਆ ਬਚ ਕੇ ਰਹੀ, ਅੱਜ ਕਹਿੰਦਾ ਘਿਓ ਵਾਲੇ ਪੀਪੇ ਮੂਧੇ ਕਰਨੇ ਆ। ਸੱਤਾ ਕਹਿੰਦਾ ਘਿਓ ਵਾਲੇ ਪੀਪੇ ਅੱਜ ਮੂਧੇ ਕਰਨੇ ਆ। ਇੱਧਰ ਫਤਿਹਗੜ੍ਹ ਪੰਜ ਤੂਰ ਵਾਲਾ ਬਬਲੂ ਮੇਰੇ ਮਿੱਤਰੋ, ਮਾਝੇ ਦਾ ਏਰੀਆ ਸ਼ੁਰੂ ਹੁੰਦਾ, ਇੱਕ ਪਾਸੇ ਦੁਆਬਾ ਚੱਲਦਾ, ਹੜਵੇ ਹਵਾ ਬੜਾ ਹੜਵੇ, ਮੇਰਾ ਮਾਝੇ ਸਾਕ ਨਾ ਕਰਵੇ। ਉੱਥੋਂ ਦੇ ਜੱਟ ਭੈੜੇ ਸੁਣੀ ਦੇ, ਊਠਾਂ ਨੂੰ ਪਾਉਂਦੇ ਖਲਵੇ, ਖੜ ਤਾਂ ਮੈਥੋਂ ਕੁੱਟੀ ਨਾ ਜਾਵੇ, ਲਹਿੰਦੀ ਕੁੱਤੋਂ ਫੜਵੇ ਮੇਰਾ ਉੱਡੇ ਡੋਰੀਆ, ਮਹਿਲਾਂ ਵਾਲੇ ਘਰ ਵੇ ਮੇਰਾ ਉੱਡੇ ਡੋਰੀਆ। ਇਹ ਤਾਂ ਪਟਾਕੇ ਹਾਲੇ ਸ਼ੁਰੂ ਹੋਏ ਹੈ, ਹਾਲੇ ਨੰਬਰ ਜਦੋਂ 19 ਹੋਣਗੇ ਤੇ ਫੇਰ ਪਤਾ ਲੱਗੂ ਕੌਣ ਜਿੱਤ ਗਿਆ। ਹਾਲੇ ਕੁਝ ਕਹਿ ਨਹੀਂ ਸਕਦੇ, ਬਾਸਮਤੀ ਦੇ ਰੇਟ ਅਰਗਾ ਕੰਮ ਹੈ, ਇੱਥੇ ਕੋਈ ਨਹੀਂ ਪਤਾ ਬਣ ਕੀ ਜਾਣਾ, ਬਾਸਮਤੀ ਦੇ ਭਾਗ ਕੋਈ ਪਤਾ ਨਹੀਂ। ਜਿੰਨਾ ਚਿਰ ਪਿੰਦਰ ਖੜਾ ਹੈ ਉਧਰ ਸ਼ਾਲੂ ਖੜਾ, ਇੱਧਰ ਤੂਫਾਨ ਦੁਨੀਆ ਦਾ, ਵੱਡੇ ਮੱਲਾਂ ਦੀ ਟੱਕਰ, ਫਾਈਨਲ ਮੈਚ ਰਾਜਪਾਲ ਬਾਗੜੀ, ਫਤਿਹ 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 ਗੜਵਾਲਾ। ਕੋਈ ਗੱਲ ਨੀ ਕੋਈ ਗੱਲ ਨੀ ਜਸਵਿੰਦਰ ਸਿਆਂ, ਰੌਲਾ ਰੱਪਾ ਪੈਣਾ ਲਾਜ਼ਮੀ ਹੈ, ਫਾਈਨਲ ਹੈ। ਹੁਣ ਨਾ ਬਿੱਲਾ ਤੰਦੂਰ ਦੇ ਨੇੜੇ ਤੇੜੇ ਆਇਆ ਫਿਰ ਆਉਣਾ ਵੀ ਨੀ, ਜੇ ਹੁਣ ਨਾ ਬਿੱਲਾ ਤੰਦੂਰ ਦੇ ਨੇੜੇ ਤੇੜੇ ਆਇਆ ਫਿਰ ਆਉਣਾ ਵੀ ਨੀ। ਮਣੀ ਦੱਸ ਵੀ ਨੰਬਰ 6-8, 2 ਪੁਆਇੰਟਾਂ ਦਾ ਫਰਕ ਹੈ, 6 ਨੰਬਰ ਪਣਿਹਾਰੀ ਦੇ ਹੈ, 8 ਨੰਬਰ ਫਰੋਸ਼ਾ ਦੀ ਬੀ ਟੀਮ ਦੇ ਹੈ, 6-8 ਦਾ ਮੁਕਾਬਲਾ। ਹੁਣ 7-8 ਹੋਣਗੇ ਜਾਂ ਫਿਰ ਤੂਫਾਨ ਕੋਈ ਕਮਾਲ ਕਰੂਗਾ, ਜਾਂ ਲੱਭਾ 5 ਕਿਲੋ ਬਦਾਮਾਂ ਦਾ ਜੇਤੂ, ਆ ਮੋਬਾਈਲ ਤੇ ਇੱਕ ਸਾਈਕਲ ਦਾ ਜੇਤੂ ਹੈ। ਤਾਂ ਉਹ ਦੇਖੋ ਪੂਰੀ ਬੱਲੇ ਬੱਲੇ ਮੇਰੇ ਮਿੱਤਰੋ, ਫਾਈਨਲ ਮੈਚ ਦੀ ਕਹਿੰਦੇ ਟੱਕਰ ਦੇਖਣ ਯੋਗ ਹੈ। ਉਧਰ ਸਰਾਂ ਵਾਲੀ ਦਾ ਫੌਜੀ ਵੀ ਆਇਆ ਹੈ ਤੇ ਗਿੱਲ ਪਰਿਵਾਰ ਦਾ ਮੁੰਡਾ ਕਹਿੰਦੇ ਗਲਤੀ ਕਰ ਬੈਠਾ ਹੈ। ਅਪੀਲ ਤਾਂ ਕਰ ਹੀ ਸਕਦੇ ਕੋਈ ਗੱਲ ਨਹੀਂ, ਅਪੀਲ ਤਾਂ ਕਰ ਹੀ ਸਕਦੇ ਕੋਈ ਗੱਲ ਨਹੀਂ, ਸਾਰੇ ਆਪਣੀਆਂ ਟੀਮਾਂ ਆਪਣੇ ਵੀਰ ਹੈ। ਤਾਂ ਉਹ ਪਣਿਹਾਰੀ ਵਾਲੇ ਸ਼ਾਲੂ ਨੇ ਕਹਿੰਦੇ ਸਰਵਿਸ ਕਰ ਦਿੱਤੀ, 1-1 ਨੰਬਰ ਦਾ ਫਰਕ ਹੈ। ਹੁਣ ਜੇ ਮੈਚ ਬਰਾਬਰ ਆ ਗਿਆ ਆਪਾਂ ਨੂੰ ਕੀ ਹੈ, ਆਪਾਂ ਤੇ ਸਵਾਦ ਹੀ ਲੈਣਾ ਹੈ। ਆਓ ਦੇਖੋ ਸਾਹਮਣੇ ਮੈਚ ਬਰਾਬਰੀ ਤੇ ਹੈ, ਮਣੀ 8-8 ਹੋ ਗਏ, 8-8 ਨੰਬਰ ਹੈ ਦੋਵਾਂ ਟੀਮਾਂ ਦੇ, ਬਿਲਕੁਲ ਬਰਾਬਰੀ ਦੇ ਮੈਚ ਹੈ। 8 ਨੰਬਰ ਪਣਿਹਾਰੀ ਦੇ, 8 ਫਰੋਸ਼ਾ ਦੀ ਬੀ ਟੀਮ ਦੇ ਹੈ, ਇੱਕ ਪਾਸੇ ਪਿਛਲੇ ਸਾਲ ਦੀ ਜੇਤੂ ਟੀਮ ਹੈ। ਦੇਖੋ ਸਾਹਮਣੇ ਪੂਰੀ ਬੱਲੇ ਬੱਲੇ ਨੰਬਰ ਬਰਾਬਰ ਨੇ, ਨੰਬਰ ਕਹਿੰਦੇ ਬਰਾਬਰ ਹੈ ਕਿ ਮੰਜ਼ਲ ਦੇ ਮੱਤੇ ਦੇ ਉੱਤੇ ਉਹ ਤਖਤੀ ਲੱਗਦੀ ਉਹਨਾਂ ਦੀ ਜਿਹੜੇ ਘਰੋਂ ਬਣਾ ਕੇ ਤੁਰਦੇ ਨਕਸ਼ਾ ਆਪਣੇ ਸਫ਼ਰ ਦਾ, ਜਿਹੜੇ ਘਰੋਂ ਬਣਾ ਕੇ ਤੁਰਦੇ ਨਕਸ਼ਾ ਆਪਣੇ ਸਫਰਾਂ ਦਾ, ਮੰਜ਼ਲ ਦੇ ਮੱਥੇ ਦੇ ਉੱਤੇ ਤਖਤੀ ਲੱਗਦੀ ਉਹਨਾਂ ਦੀ। ਮੈਚ ਬਰਾਬਰ ਹੈ, ਇਹਨਾਂ ਨੇ ਮਿਹਨਤ ਕੀਤੀ ਹੈ, ਮੁਸ਼ਕਤ ਕੀਤੀ ਹੈ, ਅੱਜ ਦੁਨੀਆ ਸਰਾਵੇ ਪੁੱਛਦੀ ਹੈ। ਚਾਚਾ ਜੀ ਨੇ ਪੁੱਛਿਆ ਕਿ ਸ਼ਾਲੂ ਕੌਣ ਹੈ, ਮੈਨੂੰ ਸ਼ਾਲੂ ਨਾਲ ਬਣਾ ਦਿਓ, ਅਜੇ ਸ਼ਾਲੂ ਵੀ ਆਇਆ ਬੜਾ ਕਹਿੰਦੇ ਬੋਲ ਵਾਲਾ ਮੁੰਡੇ ਦਾ, ਮਿਹਨਤ ਕੀਤੀ ਹੈ, ਨੰਬਰ ਬਰਾਬਰ ਤੇ ਮਣੀ ਦੀ 1 ਲੱਤ ਸੌ ਗਈ ਹੈ, 2 ਅੱਖਾਂ ਖੁੱਲੀਆਂ ਤੇ ਗੋਡਾ ਕਹਿੰਦੇ ਚੱਪਣੀ 1 ਲੱਤ ਦੇ ਥੱਲੇ ਕਰਕੇ ਬੈਠਾ ਕਿ ਇਹ ਬਚ ਜੇ ਇਹਨੂੰ ਨਾ ਠੰਡ ਲੱਗੇ। ਕੱਲਾ ਕਹਿੰਦੇ ਸਿਰ ਨਹੀਂ ਠਰਦਾ, ਮਣੀ ਦਾ ਕੱਲਾ ਸਿਰ ਨਹੀਂ ਠਰਦਾ ਤੇ ਬਾਕੀ ਸਾਰਾ ਸਰੀਰ ਸੁੰਨ ਹੈ। ਆ ਗਿਆ ਫੇਰ ਬਾਗੜੀ ਮੇਰੇ ਮਿੱਤਰੋ, ਫਾਈਨਲ ਮੈਚ ਆਓ ਦੇਖੋ ਸਾਹਮਣੇ। ਮੈਂ ਤੇ ਬੜਾ ਪੱਪਾ ਮਾਰਿਆ ਪਰ ਨਹੀਂ ਕੀਤੀ, ਸਰਵਿਸ ਚੇਂਜ ਹੋ ਗਈ,
नौ नंबर है फरोशा बी दे, अठ नंबर है पनेहारी दे, नौ ते अठ गगू गए लोके मुंडा फौजी पछाण च नहीं हो गया फौजी कड़े एरिए जो है कश्मीर चो ले ताई तो पछाण च नहीं होगा कश्मीरी से वर्गा पिया फौजी भी सर आ दूर लिशका मारदा जनेतपुरी टक्कर है पर जनेतपुरी कले फरूटा दे है लो नौ दे अठ मेरे मित्रों खेडते मैदान च प्रिंस ने कहते इशारा कर दिता है मिल गया फाउल भरावा मिल गया प्रिंस जाना सारा मेला वधिया वेख के ते इत्थे आके फस गया वधिया ओ कुर्सियां ते बह के सारा मेला ने देखा जा टाइया कढ़दा सी बेचारा टाई आपकी पुआ के बह गया पासे पासे तुरिया फिर साल हो गया कितने देर ले तुम मिनट लगता बहुत टाइम हो गया दस अठ दस उन्नीस दी गेम क्वेश्चन इसी पॉइंट करने हैं मणि किन्ने किन्ने हो गए दस अठ दस नंबर फरोशा दे ते अठ पनेहारी दे दस ते अठ का मुकाबला दो पॉइंटा का फर्क फाइनल मैच दस ते अठ बना ले 100-200 रुपये बैठे बैठे ने बस बस कंप्यूटर जी बड़ी दूरों आए हो तीन पॉइंट का फर्क पै गया है जे चार पांच नंबर का फर्क पै गया ना फिर लब्बे ने लिया नहीं देना फिर नहीं फरोश वाले दे नेड़े लगन देना ग्यारह दे अठ कह दे फतेहगढ़ वाले नू जिन्हू धारा मंगिया है जा फिर बठिंडे का बठिंडवी कोई कमाल करूगा यह लुधियाने वाला रायकोट दे एरिए का खिडारी है इनू दुनिया स्टार कहती है लगातार 83-84 टूरनामेंट इन्हें कच्ची दे फर्स्ट ही जीते है एदा कहते बड़ा स्टैमिना मैदान खिंचती लकीर हुण पता लगू कि तगड़ा शरीर शालू नू कहिंदा बबलू बाला मार दे जितन नहीं देने होर मित्रों ओ सामने पिया है कप किने जितना लागे डौलिया पट्टा दा पूरा जोर मित्रों लागे डौलिया पट्टा दा पूरा जोर मित्रों इत्थे पता लगता है कि दुध किने किने पीता है ते किने कड़प करके दुधिया दे ड्रमां च पाया है खेड दे मैदान च कहिंदे सारे फैसले हुंदे है लो देखो सामने फेर
ਫੇਰ ਹੁਣ ਜੇ ਕਦੇ ਨੰਬਰ ਦਾ ਹੇਰ ਫੇਰ ਹੋ ਗਿਆ ਗੱਲ ਕਸੂਤੀ ਬਲਾਡ ਵਾਲਾ ਪਿੰਦਰੀ ਵੀ ਕਹਿੰਦੇ ਚੰਦਰੀ ਬਲਾਈ ਹੈ ਬਲਾਡ ਵਾਲਾ ਪਿੰਦਰੀ ਵੀ ਕਹਿੰਦੇ ਚੰਦਰੀ ਬਲਾਈ ਹੈ ਬਣੀ ਨੌ ਹੋ ਗਏ ਨੌ ਤੇ ਗਿਆਰਾਂ ਨੌ ਤੇ ਬਾਰਾਂ इधर नौ दे बारह का मुकाबला मेरे मित्रों तीन क पॉइंटा का फर्क है तूफान भुलेखा पै गया मैनू लगता रीबन नहीं दिसया तूफान भुलेखा पै गया लगता रीबन नहीं दिसया दस ते बारह दो पॉइंटा का फर्क है और कवि ते रसोईए नू बुरा ना बोलीए फड़ लईए तकड़ी ते पूरा तोलीए जिन्ना चिर घरे ना ले आईए टोले नू बह जा ਬਹਿ ਜਾ ਕਰ ਛੱਡੀਏ ਵਿਚੋਲੇ ਨੂੰ ਟਿਕਟੋਂ ਬਗੈਰ ਨਾ ਸਫ਼ਰ ਕਰੀਏ ਲੋਕੋ ਬਦਨਾਮੀ ਕੋਲੋਂ ਸਦਾ ਡਰੀਏ ਡੂਬਣੇ ਮਖਿਆਲ ਕੋਲੋਂ ਜਾਈਏ ਦੂਰ ਦੀ ਭੁੱਲ ਕੇ ਨਾ ਲੰਘੀਏ ਵੈਰੀ ਦੇ ਬੂਰ ਦੀ ਫੁੱਲਾਂ ਵਾਲੀ ਵੇਲ ਨੂੰ ਚੜੋ ਨਾ ਪੱਟੀਏ ਚੰਗੇ ਕੰਮ ਕਰੀਏ ਤੇ ਨੇਕੀ ਖੱਟੀਏ ਚਾਹ ਤੇ ਸੇਵੀਆਂ ਕਦੇ ਨਾ ਠਾਰੀਏ ਚੋਗਾ ਪਾ ਕੇ ਪੰਛੀ ਨੂੰ ਕਦੇ ਨਾ ਮਾਰੀਏ ਚੋਗਾ ਪਾ ਕੇ ਪੰਛੀ ਕਦੇ ਨਾ ਮਾਰੀਏ ਨੰਬਰ ਜੋੜ ਪਿੰਦਰ ਜਾਂ ਫਿਰ ਕਹਿ ਦੇ ਲੱਭੇ ਨੂੰ ਕਿ ਫਾਈਨਲ ਜਿੱਤਣਾ ਵਜੀਰਪੁਰ ਦੀ ਧਰਤੀ ਦੇ ਇਤਿਹਾਸਕ ਧਰਤੀ ਇਤਿਹਾਸ ਬਣਾਉਣਾ ਗੱਲਾਂ ਚੱਲਣਗੀਆਂ ਇਹ ਪਿਛਲੇ ਸਾਲ ਦੀ ਟੀਮ ਜੇਤੂ ਟੀਮ ਹੈ ਫਰੋਸ਼ਾ ਦੀ ਬੀ ਟੀਮ ਪਿਛਲੇ ਸਾਲ ਦੀ ਜੇਤੂ ਟੀਮ ਹੈ ਉਦੋਂ ਬੱਲੋ ਵਾਲਾ ਖੇਡਿਆ ਸੀਗਾ ਅੱਜ ਤੂਫਾਨ ਨੇ ਜ਼ਿੰਮੇਵਾਰੀਆਂ ਸਾਂਭੀਆਂ ਪਰ ਕੰਪਿਊਟਰ ਵੀ ਕਹਿੰਦੇ ਬੜਾ 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 ਤਜਰਬੇਕਾਰ ਹੈ ਤੇ ਫਤਿਹਗੜ੍ਹ ਵਾਲੇ ਦੇ ਪੈਰਾਂ ਥੱਲੇ ਅੱਗ ਮੱਚਦੀ ਹੈ ਇਹਦੇ ਤੋਂ ਬਚੋ ਏ ਅੱਜ ਮੈਂ ਤੜਕੇ ਦੱਸਿਆ ਕਿ ਗੁਰੂ ਘਰ ਮੱਥਾ ਟੇਕ ਕੇ ਆਇਆ ਸਰਦਾਰ ਨੇ ਅੱਜ ਬੜਿਆਂ ਦੇ ਗੁੱਟ ਨੇਲੀ ਕੀਤੇ ਹੈ ਸਰਦਾਰ ਨੇ ਬੜਿਆਂ ਦੇ ਗੁੱਟਾਂ ਤੇ ਧੱਫੜ ਜਿਹੜੇ ਪਾਏ ਹੈ ਪਰ ਦੇਖੋ ਸਾਹਮਣੇ ਸਰਵਿਸ ਚੇਂਜ ਤੇ ਮਣੀ ਨੇ ਦੋਵੇਂ ਲੱਤਾਂ ਆਸੇ ਪਾਸੇ ਕਰ ਲਈ ਹੈ ਮਣੀ ਕੁਰਸੀ ਤੇ ਬਹਿ ਜਾ ਯਾਰ ਬੜੀ ਕੁਰਸੀ ਤੇ ਬਹਿ ਜਾ ਤੂੰ ਬਾਰਾਂ ਦਸ ਬਾਰਾਂ ਦਸ ਬਾਰਾਂ ਬਾਰਾਂ ਦਸ ਬਾਰਾਂ ਫਰੋਸ਼ਾ ਵੀ ਤੇ ਦਸ ਪਨਿਹਰੀ ਜਿਹੜਾ ਪਾਣੀ ਲੈ ਗਿਆ ਰਿਕਾਰਡ ਇਹਦੇ ਵੀ ਬੜੇ ਵੱਡੇ ਹੈ ਜਿਹੜਾ ਪਾਣੀ ਲੈ ਗਿਆ ਰਿਕਾਰਡ ਇਹਦੇ ਵੀ ਬੜੇ ਹੈ ਇਹ ਫਤਿਹ ਆਇਆ ਲੋਈ ਜੀ ਲਈ ਬੈਠਾ ਤੇ ਜਦੋਂ ਬਾਹਾਂ ਵੇਖੀਏ ਤੇ ਟੈਟੂ ਕਿੰਗ ਦੁਨੀਆ ਕਹਿੰਦੀ ਹੈ ਰਿਕਾਰਡ ਇਹਦੇ ਵੀ ਬੜੇ ਵੱਡੇ ਵੱਡੇ ਹੈ ਛੇ ਛੇ ਸੱਤ ਸੱਤ ਰਿਕਾਰਡ ਕਹਿੰਦੇ ਇੱਕ ਦਿਨ ਚ ਬਣਾ ਦਿੰਦਾ ਹੈ ਇਹ ਫਤਿਹ ਹੈ ਲਓ ਸੱਤੇ ਨੇ ਕਹਿੰਦੇ ਸਰਵਿਸ ਕਰ ਦਿੱਤੀ ਹੈ ਤੁਹਾਡੇ ਠਾਰ ਪਾਣੀ ਦੀਆਂ ਘੁੱਟਾਂ ਭਰੀਆਂ ਹੈ 70% ਪਾਣੀ ਦੇ 30% ਤੇ ਆਪਾਂ 70% ਸਰੀਰ ਚ ਪਾਣੀ ਦੇ ਬਾਕੀ 30% ਤੇ ਆਪਾਂ ਗੱਲਾਂ ਚੱਲਦੀਆਂ ਪਾਣੀ ਦੇ ਵੀ ਕਹਿੰਦੇ ਬੜੇ ਰੂਪ ਹੈ ਔਲਖ ਸਾਹਿਬ ਪਾਣੀ ਅੱਖੀਆਂ ਜੋ ਆ ਜੇ ਤੇ ਆਪਾਂ ਕਹਿੰਦੇ ਹੰਝੂ ਆ ਗਏ ਹੈ ਪਾਣੀ ਪਿੰਡੇ ਚੋਂ ਨਿਕਲੇ ਆਪਾਂ ਕਹਿੰਦੇ ਪਸੀਨਾ ਆ ਗਿਆ ਪਾਣੀ ਫੁੱਲਾਂ ਦੇ ਡਿੱਗੇ ਤੇ ਲੋਕੀ ਕਹਿੰਦੇ ਤਰੇਲ ਹੈ ਪਾਣੀ ਅੰਬਰਾਂ ਚੋਂ ਡਿੱਗੇ ਤੇ ਲੋਕੀ ਕਹਿੰਦੇ ਮੀਂਹ ਪੈ ਗਿਆ ਪਾਣੀ ਅੰਬਰਾਂ ਨੂੰ ਜਾਵੇ ਤੇ ਲੋਕੀ ਕਹਿੰਦੇ ਭਾਫ ਹੈ ਪਾਣੀ ਜੰਮ ਜੇ ਤੇ ਆਪਾਂ ਕਹਿੰਦੇ ਬਰਫ ਹੈ ਤੇ ਪਾਣੀ ਜਦੋਂ ਕਿਤੇ ਖੰਡੇ ਪਾਟੇ ਦੀਆਂ ਗੱਲਾਂ ਤੇ ਪਾਣੀ ਅੰਮ੍ਰਿਤ ਬਣ ਜਾਂਦਾ ਹੈ ਪਾਣੀ ਦੇ ਕਹਿੰਦੇ ਬੜੇ ਰੂਪ ਹੈ ਲਓ ਦੇਖੋ ਸਾਹਮਣੇ ਮੁੜਕੋ ਮੁੜਕੀ ਹੋ ਗਿਆ ਦੇਖੋ ਜ਼ੋਰ ਚੋਬਰਾਂ ਦਾ ਕੰਡਾ ਵੀ ਨਹੀਂ ਚੁੱਭਦਾ ਜਿਸਮ ਕਠੋਰ ਚੋਬਰਾਂ ਦਾ ਚੜ੍ਹਦੀ ਉਮਰ ਗਰਮ ਖੂਨ ਲਲਕਾਰੇ ਤਾਂ ਵੱਜਦੇ ਰਾਜੇ ਖੇਲੇ ਮਰਦ ਮਦਾਨੋ ਡਰ ਕੇ ਨਹੀਂ ਭੱਜਦੇ ਰਾਜੇ ਖੇਲੇ ਮਰਦ ਮਦਾਨੋ ਡਰ ਕੇ ਨਹੀਂ ਭੱਜਦੇ ਵਾਕਈ ਮਰਦਾਂ ਦੀ ਖੇਡ ਹੈ ਨੰਬਰ ਪਿੰਦਰ ਨੇ ਜੋੜ ਦਿੱਤਾ ਹੈ ਆਪਣੀ ਟੀਮ ਦੇ ਲਈ ਪਰ ਹਾਲੇ ਮੈਚ ਬੜਾ ਬਾਕੀ ਹੈ ਪ੍ਰਿੰਸ ਦੀਆਂ ਦੋ ਅੱਖਾਂ ਤੇ ਦੋਵੇਂ ਚੌੜੇ ਭਰਾਵਾਂ ਵਰਗੀਆਂ ਜੀਤ ਫਿਲਮ ਵਾਲਾ ਸੰਨੀ ਦਿਓਲ ਬਣਿਆ ਫਿਰਦਾ ਇੱਥੇ ਤੇ ਜੱਬ ਜਿਹੜਾ ਕਸੂਤਾ ਹੀ ਪੈ ਗਿਆ ਪ੍ਰਿੰਸ ਵੀ ਕਹਿੰਦਾ ਹੋਣਾ ਕਿਹੜਾ ਵੇਲ ਆਊਗਾ
माड़ा यार रौला रूड़ा पाके मैच ते गर्म कर दियो। शालू ने दुनिया हसाई है ते दुनिया नचाई भी है। ले भी बबुल हुण दसना पैना है, लभ्या दसना पैना के स्पीड चीज की है, लभ्या दसना पैना है के स्पीड चीज की है। शालू ने बबलू नू कहता है के बबलू गल टिकाने ला दी, ते लभ्या हुण दुनिया नू दसना पऊगा के स्पीड चीज की है। ना ना कोई गल नहीं, खेडो मेरे वीर प्रिंस खड़ा रहता भाई। ये तेरे कर्मा दियां सी टूरनामेंट तू सारा करा था, जो कर्मा जुंदा बंदे नूं मिल जांदा है। स्कोर दस 14-10 हुण इत्थों सिक्ख्या लै लै। क्रिकेट दे मैच कहते अंपायर ना खड़ जी, जिहड़ा वधिया इंसान दा सिख जांदा जिंदगी च कुछ ना कुछ। इत्थों सिक्ख्या लैण दी लोड़ है प्रिंस नूं। दुध दी राखी बिल्ला बैठा, हाथ पैर ना मारूगा। 15 फरोशा भी सियाणे कहिंदे जदों बिल्ला दुध पींदा उदों गुस्सा नहीं आउंदा, ते जदों दुध पी के मुच्छां ते हाथ मारदा ना सामने कंध ते बह के, फिर जी करदा है कुछ ना कुछ कर जरूर देईए, ਉਦੋਂ ਜੀ ਕਰਦਾ। ਪਰ ਦੇਖੋ ਪਿੰਦਰ ਨੇ ਕਮਾਲ ਹੀ ਕਰ ਦਿੱਤੀ ਹੈ, ਖੇਡ ਦੇ ਮੈਦਾਨ 'ਚ ਮੁੰਡੇ ਨੇ ਤਗੜਾ ਨੰਬਰ ਜੋੜਤਾ ਹੈ ਆਪਣੀ ਟੀਮ ਦੇ ਲਈ। ਪਿੰਦਰ ਤੇ ਕਹਿੰਦੇ ਪਿੰਦਰ ਹੀ ਹੈ। ਅਗਲੀ ਸਰਵਿਸ ਕਰਨ ਲਈ ਮੁੰਡਾ ਫਿਰ ਤਿਆਰ ਬਰ ਤਿਆਰ ਹੈ। ਸੱਤਾ ਮੇਰੇ ਮਿੱਤਰੋਂ ਖੇਡਦੇ ਮੈਦਾਨ ਦੇ ਵਿੱਚ ਸਤਨਾਮ ਸਿੰਘ ਉੱਪਲ ਪਰਿਵਾਰ ਦਾ ਹੈ। ਸਤਨਾਮ ਸਿੰਘ ਕਹਿੰਦੇ ਉੱਪਲ ਪਰਿਵਾਰ ਦਾ ਹੈ ਕਿ ਸੋਮਨਾਥ ਦਾ ਮੰਦਿਰ ਜੇ ਕਿਤੇ ਗਜਨੀ ਲੁੱਟਦਾ ਨਾ ਤੇ ਡੋਗਰਿਆਂ ਦੀ ਤੇ ਲਾਟ ਜੇ ਹੀਰਾ ਕੁੱਟਦਾ ਨਾ, ਲਾਹੌਰ ਤੇ ਅੱਖਾਂ ਹੁੰਦੀਆਂ ਨਾ ਜੇ ਆੜ ਗਵਾਂਢ ਦੀਆਂ, ਸਾਡੇ ਗੋਰੇ ਪਾਉਂਦੇ ਪੱਠੇ ਤੇ ਮੇਮਾ ਭਾਂਡੇ ਵਾਜਦੀਆਂ। ਗੱਲਾਂ ਚੱਲਦੀਆਂ, ਸਮਾਂ ਸੀਗਾ ਕੋਈ, ਪਰ ਇੱਕ ਗੱਲ ਹੋਰ ਹੈ, ਆਪਾਂ ਆਜ਼ਾਦੀ ਦੇ ਲੈ ਲਈ ਪਰ ਫਿਰ ਉੱਧਰ ਨੂੰ ਕੋਈ ਇੰਗਲੈਂਡ ਭੱਜਿਆ ਜਾਂਦਾ, ਕੋਈ ਕਨੇਡਾ ਭੱਜਿਆ ਜਾਂਦਾ। ਕਿਉਂ? ਕਿਸੇ ਦਾ ਦਿਲ ਨਹੀਂ ਕਰਦਾ, ਮਜਬੂਰੀਆਂ, ਬੇਰੁਜ਼ਗਾਰੀਆਂ, ਸਿਸਟਮ, ਕਰਪਸ਼ਨ। ਬੜੇ ਕਹਿੰਦੇ ਸੱਪ ਜਦੋਂ ਡੰਗਦੇ ਬੰਦਾ ਫੇਰ ਬਾਹਰ ਨੂੰ ਪਾਈਦਾ। ਕੋਈ ਨੀ ਪ੍ਰਿੰਸ, ਸੁਣੀ ਚੱਲ ਸਾਰੀਆਂ ਤੇ ਕਰੀ ਦਿਲ ਦੀਆਂ। ਪ੍ਰਿੰਸ ਵਜੀਦਪੁਰ ਵਾਲਾ, ਇਹਦਾ ਦੁਬਈ ਦਾ ਵੀਜ਼ਾ ਲੱਗਣ ਵਾਲਾ ਰੈਫਰੀ ਦਾ। ਪਿੰਦਰ ਨੇ ਬਾਲ ਰੈਫਰੀ ਨੂੰ ਸਿੱਧੀ ਕਰਤੀ ਸੀ, ਪ੍ਰਿੰਸ ਬਚ ਗਿਆ। 16-10 ਵੀ 16-10 ਕਿੰਨੇ ਹੋ ਗਏ ਮਣੀ? 16-10 ਹਾਲੇ ਵੀ ਮੈਚ ਬੜਾ ਬਾਕੀ ਹੈ। 16-10 ਮੈਚ ਹਾਲੇ ਵੀ ਬੜਾ ਬਾਕੀ ਹੈ। ਫਤਿਹਗੜ੍ਹ ਵਾਲੇ ਦੀ ਅੱਖ ਲੰਬੇ ਤੇ ਹੈ ਕਿ ਭਾਜੋ ਮਾਸੀ ਦਿਆਂ ਮੁੰਡਿਆ ਕਿੱਥੇ ਕੁ ਭਾਜਦਾ ਨੰਬਰ ਤੇਰੇ ਤੋਂ ਲੈਣੇ ਹੈ। ਹੁਣ ਜੇ 17ਵਾਂ ਜੁੜ ਗਿਆ ਤੇ ਪਿੰਦਰੀ ਆਓ ਦੇਖੋ ਸਾਹਮਣੇ ਸਰਵਿਸ ਚੇਂਜ 10-16 ਪਨੈਰੀ ਦੇ 16 ਫਰੋਸ਼ਾ ਵੀ ਸੁਰਤੀ ਨਹੀਂ ਆਉਣ ਲੱਗਾ ਲਾਉਣ ਦਾ ਮੌਕਾ ਤੇ ਲਾਈ ਜਾਣੀ ਚਾਹੀਦਾ।
किन्ने हो गए मंडी 16-10 6 पॉइंट सही गल है और साहब कहते रेख च मेरी अखबार रहा है वाकई प्लेयर बन ली मेहनत बड़ी करनी पैंदी है डॉक्टर बन ली जाते ट्रक भर के किताबा का पढ़ना पैंदा जां फिर 6 महीने कद्दूआं च टीके लाने पैंदे है ते रमन ने कद्दूआं दा एक्सपैरिमेंट किया है वाकई साडा वीर है तो 16-10 का मुकाबला है कि भावे लीका खिंच गया सिकंदर अत करा गया पोरस राज होया नहीं किसी तो महाराजे रणजीत वर्गा लीड़े ला के पट्टा दे थापियां दा बड़िया ने मारिया रेडर उठा नहीं कोई बाजे दे हरजीत वर्गा रेड बुलदा दा कहिंदे नाम ही आ यार वीर तां बंदा स्टारबक पी गई पाड़दा जिन्हें हाले तक लसेंस नहीं लिया कार दा ओ कुर्ता पजामा रूह नाल सवाया होवे ना ते कहिंदे ढुई भंड दिंदा जीन दी इंडिया च ट्रैक्टर तां बाहरों पड़े आ गए पर 855 ने जीव कढ़ाई आ तूड़ी वाली मशीन दी 10 स्पीड 13 स्पीड ते आटो दे बड़े चला के देख ले नजारा दिता नहीं किसे ने 18 दे गेर वर्गा रफलां दा बड़िया बाबियां कोल आ रंडियाले वालिया पर तबका है नहीं किसे दा भिंडरां दे शेर वर्गा रफलां दा बड़िया बाबियां कोल आ रंडियाले वालिया पर तबका है नहीं किसे दा भिंडर शेर वर्गा रोटे पिंड दे महान योधे दीयां गल्लां जुगा जुगा तक होंदियां रहणियां बल्ले 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 फतेहगढ़ वाला कहिंदे तिखे तिखे नैणां मुंडे दे परा ते कहिंदे सारे राह ही बंद करी जांदा है डॉक्टर तो अज कोई इलाज पुछ जो कि पिंदर का इलाज की है ये कोटकपुरे के फाटक नूं भी फेल करके उत्थे भी सरकार ने पुल बना दिता है पर इलाज है नहीं कोई अज डॉक्टर नूं पुछ के जाओ बठिंडे वालिया फड़ तैयारी बोके वालिया फड़ तैयारी के अमृतसर गुरुआं दी धरती अमृतसर गुरुआं दी धरती बोके वाले फौज विच बाले भरती लोहे नाल मत्था मारदे मलोट दे मानसा दे जट सुलझाउंदे मसला लुधियाने आटो चंडी गाड़ा आशकी बुकना नहीं कदे भी बठिंडे असला बुकना नहीं कदे भी बठिंडे असला पाइए दे इलाके पस्तौल बाले चलने बाबू राजबली ने कितने गल्ला कीतियां है फिरोजपुर शहीदां दी धरती है ए चंडीगढ़ ते फिरोजपुर ते तीजा शिमला इहदी इतिहास अंग्रेजां ने काट कढ़ी है फिरोजपुर छावनी की जिहड़ी मर्जी गली च वाड़ लो मोटरसाइकिल मेन रोड ते कढ़ दूगा यही चंडीगढ़ दा हिसाब यही शिमले दा है ओ डिवेलप हो के फिरोजपुर रह गया क्योंकि एरिया बार्डर दा सी है एरिया बार्डर दा सी है आओ देखो सामने फतेहगढ़ वाला बोगे वाला कहिंदा मैनू खुला छड्डो मणि ने भी लत्तां नूं साह दवाया उठ के पैरां ते खड़ गया है हुण कुछ ना कुछ होना जरूर है पर मणि बह जा मैं तां कहिंदा तूं बैठा वधिया सी नंबर दसी 17 ते इधर चक्के जाम जिहड़े ने दसते है इधर कहता अमन मैनू कापी फड़ा दे एक अद्धा नंबर मैं अगर पिछा कर दिना है हुण जे 18वां जुड़ गया मुंडा करम आला किस्मत आला है जे 18वां जुड़ गया ना ते डाक्टर दा वीर पर गल बड़ी नहीं हुण डाक्टर नूं कापी फड़ा दो आ बाल वजी औलख साहब दी पसंद दी बहाल है कहिंदा खब्बे पासे टप्पा पै गया है जिहड़ियां आसां बिंदी ते रखियां सी कि यादां उहदियां ने मेरा सरमाया बेशक वड वड खांदियां ते औलख साहब बंदा जिन्नियां भी चाहुंदा चीजां जिंदगी च उह सारियां नहीं मिल जांदियां बंदा जिन्नियां भी चाहुंदा चीजां जिंदगी च सारियां बल्ले 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 खेड़दे मैदान दे विच ओ फतेहगढ़ वालिया
मुल मोड़ना पैना सेंटर जाएगा दस ते सतारा बलाड़ बलाड़ रोआ की बन गया एक पिंदरली ताड़ी तूड़ी का मारो मुंडे ने कमाल ही कर दिती है लुधियाने वाला जो लुधियाने लुधियाना कहिए तो स्वाद ही वखरा है जो लुधियाने लुधियाना कहिए तो नजारा है नंबर प्रिंस लास्ट है मेरे हिसाब नाल प्रिंस जान बचा सीटी मार जान बचा सीटी मार लंबी सारी नंबर लास्ट है तूफान वाली वाला त्यार बर त्यार है सेंड होनी ठंड बड़ी है डॉक्टर ठंड बड़ी है पर सौड़ वाले ने पता नहीं केड़ी पंजीरी कुट के खाधी है जेड़ा टी शर्ट जी तुरिया फिरदा है इन्हें पता नहीं केड़ी भसमा खाधी है और देखो नंबर लास्ट है मेरे मित्रों खेड़ दे मराज गवांडी ओ गल बनी नहीं बाल आउट बोले खिलाफ कोई वध घट लफ्ज बोलिया गया छोटा भरा समझ के माफ कर देना वाहिगुरु जी का खालसा ते वाहिगुरु जी की फतेह।